दोस्तों सक्सेस स्टोरी है मिस्टर दलवीर सिंह जी की जो कि शाहकोट के रहने वाले ने ते इन्होंने जाना सीगा यूके मन तो यूके का बना के मेरे को आए थे भाई यूके का वीजा अपलाई कर दो इन्होंने स्पोंसर आनी सी किसी स्पोंसर लेकिन ना कर गया बंदा ते असी कैनेडा की फाइल लगाती मैं कहता फाइल कैनेडा वास्ते बहुत अच्छी हैगी कैनेडा फाइल अपलाई की परमात्मा की कृपा कैनेडा वीजा इशू हो गया ही इज वेरी मच हैप्पी अज ऑफिस आए हुए बाकी गल्लां सांझा करते हैं दलवीर सिंह जी बट ये वीज़ा दे पिछे जो एक स्ट्रगल है वो 20 साल दी स्ट्रगल है भाजी होना दी आज 20 साल बाद ये जो वीज़ा है उन्होंने हासिल होया है सो 20 साल दे विच इन्हां दी जो रिफ्यूजल है वो एक यूके एक यूएसए दी है दो यूके दियाँ और दो कैनेडा दियाँ और 20 साल दे एफर्ट्स करते रहे कभी आयल्स दे चक्कर च कभी किसी चक्कर च और अज 40 ईयर्स एज पाई दी हो गई है ट्रैवल हिस्ट्री सिर्फ दुबई दी सीगी एंड अज परमात्मा दी कृपा वीज़ा आ गया लो सर फर्स्ट ऑफ ऑल ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਵੀਰੇ ਦੀਆਂ ਕਿੰਨੇ ਖੁਸ਼ ਹੋ ਸਰ ਅੱਜ ਪੁੱਛਣ ਵਾਲੀ ਗੱਲ ਹੀ ਨਹੀਂ ਸਰ ਕਿਤੇ ਇਹ ਸਾਰੀਆਂ ਹੋ ਰਹੀ ਨਾ ਕੰਮਾਂ 'ਚ ਹੀ ਰਹੇ ਹਾਂ ਜੀ ਵਾਹਿਗੁਰੂ ਹਾਂਜੀ ਇਹ ਤਾਂ ਸਰ ਹੁਣ ਅਸੀਂ ਜਿਹਦਾ ਦੁੱਧ ਦਾ ਕੰਮ ਕਰਦੇ ਹਾਂ ਓਕੇ ਅਤੇ ਉੱਥੋਂ ਭਾਈ ਨੇ ਤੁਹਾਡਾ ਦੱਸਿਆ ਸੀਗਾ ਠੀਕ ਹੈ ਅਤੇ ਜਦੋਂ ਦੱਸਿਆ ਦੂਜੇ ਦਿਨ ਮੈਂ ਤੁਹਾਡੇ ਕੋਲ ਪਹੁੰਚ ਗਿਆ ਬਿਲਕੁਲ ਅਤੇ ਪਰ ਮੇਰੇ ਤੋਂ ਉਸ ਟਾਈਮ ਇੰਗਲੈਂਡ ਦੀ ਟ੍ਰਿਪ ਸੀਗੀ ਆਪਣੇ ਸਪੋਂਸਰ ਸੀ ਅੱਛਾ ਪਰ ਉਹ ਤੁਸੀਂ ਮੈਨੂੰ ਕਿਹਾ ਵੀ ਤੁਹਾਡਾ ਜਦੋਂ 6 ਮਹੀਨੇ ਬਾਅਦ ਸਰ ਮੈਂ ਤੁਹਾਡੇ ਤੋਂ ਦੁਬਾਰਾ ਆਉਣਾ ਸੀ ਫੋਨ ਕੀਤਾ ਤੁਹਾਨੂੰ ਵੀ ਸਰ ਉਹ ਸਪੋਂਸਰ ਉਹ ਪਹਿਲੀ ਦਾ ਜਿਹੜੀ ਤਰੀਕੇ ਦੁਬਾਰਾ ਬਣਾਉਣ ਲੱਗਾ ਵਾ ਇਹ ਹੁਣ ਉਹਨਾਂ ਮੈਨੂੰ ਜਵਾਬ ਦੇ ਦਿੱਤਾ ਵੀ ਸਪੋਂਸਰ ਹੀ ਨਹੀਂ ਪਾ ਸਕਦੇ ਬਿਲਕੁਲ ਅਤੇ ਫਿਰ ਸਰ ਤੁਸੀਂ ਮੈਨੂੰ ਸਲਾਹ ਦਿੱਤੀ ਵੀ ਤੁਸੀਂ ਦੱਸੋ ਕੀ ਕਰਨਾ ਤਾਂ ਮੈਂ ਕਿਹਾ ਵੀ ਹੁਣ ਮੈਨੂੰ ਤਾਂ ਬਹੁਤ ਨਹੀਂ ਦੀਦਾ ਤੁਸੀਂ ਦੱਸੋ ਕੈਨੇਡਾ ਹੀ ਕਰਦੀ ਹਾਂਜੀ ਅਤੇ ਉਦੋਂ ਸਰ ਇੰਗਲੈਂਡ ਦਾ ਮੈਂ ਕਿਹਾ ਸੀ ਤਾਂ ਤੁਸੀਂ ਜੇ ਸਪੋਂਸਰ ਹੀ ਹੈ ਨਹੀਂ ਤਾਂ ਮੈਂ ਇੰਗਲੈਂਡ ਦਾ ਹੀ ਕਰ ਦਿੰਦੀ ਹਾਂ ਕੈਨੇਡੇ ਦੇ ਹਾਂ ਕੈਨੇਡਾ ਦਾ ਪਰ ਮੈਂ ਤਾਂ ਨਹੀਂ ਸੀਗੀ ਮੈਂ ਤਾਂ ਇੰਗਲੈਂਡ 'ਤੇ ਬੈਠਾ ਸੀ ਵੀ ਚਲੋ ਇੰਗਲੈਂਡ ਹੀ ਜਾਂਦੇ ਪਰ ਉਹ ਰਿਸ਼ਤੇਦਾਰਾਂ ਦੇ ਨਾਂਹ ਕਰਨ ਦੇ ਨਾਲ ਚਲੋ ਸਲਾਹ ਦੇਤੀ ਅਤੇ ਉਹ ਜਿੱਦਾਂ ਦਾ ਹੁਣ ਵੀਜ਼ਾ ਲੱਗਾ ਮੈਨੂੰ ਮੇਰੇ ਜਿਹੜੇ ਗਾਹਕ ਆ ਉਹਨਾਂ ਨੇ ਬਹੁਤ ਜਾਣਿਆਂ ਨੇ ਨੰਬਰ ਲੈ ਲਿਆ ਵੀ ਅਸੀਂ ਤੁਹਾਡੇ ਕੋਲ ਆਉਣਾ ਕਿਆ ਬਾਤ ਕਿਉਂਕਿ ਯਕੀਨ ਹੀ ਨਹੀਂ ਕਿਸੇ ਨੂੰ ਆਉਂਦਾ ਵੀ ਇੰਨੇ ਦੇ ਵਿੱਚ ਵੀ ਵੀਜ਼ੇ ਲੱਗਦੇ ਆ ਬਿਲਕੁਲ ਇਹੀ ਅਵੇਅਰਨੈਸ ਆ ਅਜੇ ਅਸੀਂ ਇਹੀ ਫੈਲਾਉਣਾ ਚਾਹੁੰਦੇ ਹਾਂ ਪਰ ਸਰ ਕਿਸੇ ਨੇ ਸਹੀ ਤਰੀਕੇ ਨਾਲ ਤੋਰਿਆ ਹੀ ਨਹੀਂ ਜਿਹਦੇ ਕੋਲ ਜਾਂਦੇ ਸੀ ਪਾਸਪੋਰਟ ਫੜਾਉਂਦੇ ਸੀ ਉਹੀ ਕਹਿ ਦਿੰਦੇ ਤੁਹਾਡਾ ਕੰਮ ਹੋ ਜਾਣਾ ਫੜਾ ਦਿਓ ਅੱਛਾ ਪਰ ਤੁਸੀਂ ਸੀ ਪਹਿਲੇ ਜਿਹਨਾਂ ਨੇ ਮੈਨੂੰ ਮੋੜਿਆ ਵੀ ਰੁਪਏ ਜਿਹੜੀ ਸਪੌਂਸਰ ਹੈ ਫਿਰ ਨਹੀਂ ਪਾ ਜੂਗੀ ਪਰ ਇਹਨੂੰ ਸਹੀ ਤਰੀਕੇ ਨਾਲ ਲਾਓ ਬੈਂਕਿੰਗ ਪਹਿਲਾਂ ਸਹੀ ਕਰੋ ਅਤੇ ਫਿਰ ਮੇਰੇ ਕੋਲ ਆਇਓ ਅਤੇ ਨਹੀਂ ਤਾਂ ਜੇ ਤੁਸੀਂ ਵੀ ਸਾਨੂੰ ਤੋਰ ਦਿੰਦੇ ਤਾਂ ਵੀ ਇਹ ਇੱਕ ਚੱਕਰ ਰਹਿਣਾ ਸੀਗਾ ਨਹੀਂ ਨਹੀਂ ਚਲੋ ਹੁਣ ਤਾਂ ਪਰਮਾਤਮਾ ਦੀ ਕਿਰਪਾ ਤੁਸੀਂ ਕੈਨੇਡਾ ਨਹੀਂ ਨਹੀਂ ਹੁਣ ਤਾਂ ਸਰ ਬਹੁਤ ਵਧੀਆ ਹੋਇਆ ਅਸੀਂ ਜੇ ਅਸੀਂ ਕਹਿੰਦੇ ਜੇ ਸਾਨੂੰ ਪਹਿਲਾਂ ਟੱਕਰੇ ਹੁੰਦੇ ਤਾਂ ਇੰਨੇ ਚੱਕਰਾਂ 'ਚ ਪੈਣੇ ਨਹੀਂ ਸੀਗਾ ਚਲੋ ਵਾਕਿਆ 20 ਸਾਲ ਥੋੜੇ ਨੇ ਹੁੰਦੇ ਹਾਂਜੀ ਉਹ ਸਾਨੂੰ ਇਹ ਆ ਵੀ ਜਿਹੜਾ ਭਾਈ ਨੇ ਸਾਨੂੰ ਰਾਹ ਦੱਸਦਾ ਸੀ ਕਹਿੰਦੇ ਅਸੀਂ ਉਹਦੇ ਵੀ ਧੰਨਵਾਦ ਕਰਕੇ ਆਏ ਵੀ ਜੇ ਤੂੰ ਨਾ ਸਾਨੂੰ ਕਹਿੰਦਾ ਨਹੀਂ ਕੋਈ ਨਹੀਂ ਮੈਂ ਕਿਹਾ ਕੋਈ ਨਹੀਂ ਕਿ ਤੇਰੇ ਕਰਮਾਂ ਨਾਲ ਜਿੱਦਾਂ ਕਹਿੰਦੇ ਪੈਰਾਂ ਪਿੱਛੇ ਹੋਇਆ ਸਾਰਾ ਕੁਝ ਹੈ ਕਿਉਂਕਿ ਪਤਾ ਕੀ ਚੱਕਰ ਦੱਸਣ ਵਾਲਾ ਵੀ ਬਹੁਤ ਵੱਡੀ ਗੱਲ ਆ ਨਾ ਜਿਹਨੇ ਸਹੀ ਰਾਹ ਦੇ ਪਾਤਾ ਕੰਪੀਟੀਸ਼ਨ ਬਹੁਤ ਆ ਲੋਕੀ ਬਹੁਤ ਆ ਕੰਸਲਟੈਂਟਸ ਬਹੁਤ ਆ ਬੰਦਾ ਕਨਫਿਊਜ਼ ਹੋ ਜਾਂਦਾ ਕੋਈ ਚੰਗਾ ਟੱਕਰਦਾ ਨਹੀਂ ਨਾ ਜੇ ਹੁਣ ਜਿੱਦਾਂ ਹੁਣ ਮੇਰਾ ਵੀਜ਼ਾ ਲੱਗਾ ਹੁਣ ਮੈਨੂੰ ਕਈਆਂ ਨੇ ਪੁੱਛਿਆ ਜੇ ਕੋਈ ਸਹੀ ਟੱਕਰੇ ਸਹੀ ਸਲਾਹ ਦੇਣ ਵਾਲਾ ਹੁੰਦਾ ਅਗਲਾ ਮਿੰਟ 'ਚ ਹੁਣ ਮੈਂ ਕਈਆਂ ਨੂੰ ਦੱਸਿਆ ਸਾਰੇ ਨਾਲ ਤਾਂ ਹੈਰਾਨ ਹੁੰਦੇ ਨਾਲੇ ਉਹ ਕਹਿੰਦੇ ਅਸੀਂ ਪੁੱਛ ਕੇ ਆਉਣਾ ਦੱਸਤਾ ਉਹਨਾਂ ਨੇ ਵੀ ਤੁਹਾਡਾ ਵੀਜ਼ਾ ਪੀਪੀਆਰ ਆ ਗਈ ਸੀ ਡੇਢ ਮਹੀਨੇ ਬਾਅਦ ਪੀਪੀਆਰ ਆ ਗਈ ਸੀ ਉਸ ਤੋਂ ਬਾਅਦ ਹੁਣ 20 ਦਿਨ ਦੇ ਵਿੱਚ ਅਸੀਂ ਪਾਸਪੋਰਟ ਪੈਂਡਿੰਗ ਹੋ ਗਿਆ ਹਾਂਜੀ ਚੋ ਦੈਟਸ ਵੈਰੀ ਗੁੱਡ ਸਰ ਮੇਰੇ ਵੱਲੋਂ ਮੇਰੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਰ ਥੈਂਕ ਯੂ ਥੈਂਕ ਯੂ ਸਰ